अस्सलाम वालेकुम जी, की हाल चाल है। मैं हाँ थोड़ा मेज़बान सुहेल रियाज चौधरी चमकीला टीवी विच एक बार फिर तुहानू खुशामदीद कहिंदे। अच्छा जी, फिल्म आ गई है सिद्धू मूसेवाली दी जनाब एक होर, मतलब कि इको साल दे विच दो दो फिल्म, क्या बात है। कट्ठियां ही जनाब मार्केट जिवें सिटियां ने, ते फिल्म दा नाम हैगा जी यस आई एम स्टूडेंट, आई थिंक सो ही है। खैर वधदे हां ते देखदे हां जनाब फिल्म दा ट्रेलर किहो जिहा है, की कहिंदा है, उस तों बाद बाकी गल्लबात करदे हां। सुफनिया ते भारी पै रही सी दो टाइम दी रोटी ते समय दा चक्का घुमदा रहा। कदे मेरे लेखां नूं उहने धक्का मारिया ते कदे मेरा मत्था चुमदा रहा। नाए बाप तेरा गल आखदा मन लाके अपनी पढ़ाई कर लै। ਫਿਲਮਾਂ ਬਾਹਰ ਜਾਣਾ, ਬਾਹਰਲੀਆਂ ਫੀਸਾਂ ਦਾ ਬੋਝ ਆਪਣੇ ਤੋਂ ਨਹੀਂ ਚੱਲ ਹੋਣਾ। ਕਿਹੜਾ 10-12 ਲੱਖ ਰੁਪਇਆ ਲਾ ਕੇ ਮੈਨੂੰ ਇੱਕ ਵਾਰੀ ਭੇਜ ਦਿਓ। ਔਖੀ ਬੜੀ ਹੋ ਗਈ ਪਿੰਡ ਜੂਨ ਜੱਟ ਦੀ, ਆਪਣੇ ਮੁਕੱਦਰਾਂ ਨਾਲ ਪੈਂਦਾ ਲੜਨਾ। ਵੀਰੇ ਇੱਕ ਡਬਲ ਡਬਲ ਕਰ ਦਿਓ ਜੀ ਤੇ ਥੋੜਾ ਜਿਹਾ ਮਿੱਠਾ ਜ਼ਿਆਦਾ ਪਾ ਦਿਓ ਭਾਈ। ਓ ਮਾਈ ਗੋਡ, ਡਬਲ ਡਬਲ ਇੰਨਾ ਮਿੱਠਾ, ਮੋਗਾ ਮਾਨਸਾ ਤੋਂ ਲੱਗਦੇ ਹੋ? ਮਾਨਸਾ ਤੋਂ ਹੀ ਹਾਂ ਜੀ। ਤੇਰੇ ਸ਼ੌਂਕ ਵੱਡੇ ਆ, ਕੁਛ ਨਹੀਂ ਹੁੰਦਾ, ਵੇਚਦੇ ਘਰ ਵੇਚਦੇ ਪਿੰਡੋਂ ਮੰਨ ਜਾ। ਭਾਈ ਯਾਰ ਗਲਤੀ ਹੋ ਗਈ ਵੀਰੇ ਮੈਥੋਂ, ਇੱਥੇ ਨਹੀਂ ਜਾਣਾ ਆਪਾਂ, ਪਿੰਡ ਦੇਖਣਾ, ਤਰੱਕੀਆਂ ਕਰਨ ਆਏ ਹਾਂ। ਰੀਤ, ਮੈਨੂੰ ਦੂਜਾ ਕੰਮ ਮਿਲ ਗਿਆ ਯਾਰ, ਤੈਨੂੰ ਪਤਾ ਕਿੰਨਾ ਥਕੇਵਾ ਹੋ ਜਾਣਾ ਜਦੋਂ ਪੇ ਵਾਲਾ ਚੈੱਕ ਆਉਂਦਾ ਨਾ ਰੀਤ, ਥਕੇਵਾ ਸਕੂਮਾ ਤਾਂ ਮਿੰਟ 'ਚ ਲੈ ਜਾਂਦਾ। ਤੂੰ ਮੈਨੂੰ ਗੱਭਰੂ ਕਰਦੇ ਨੂੰ ਤੈਨੂੰ ਆਏ ਨੇ। ਐਤਕੀ ਫੀਸ ਭਰਨੀ, ਗਹਾਲੀ ਵਾਲੀ ਤਾਂ ਪਿੰਡ ਵੀ ਭੇਜੂ, 100 ਦਾ 5000 ਬਣਦਾ, ਪੈਸੇ ਤਾਂ ਬਹੁਤ ਬਣਦੇ ਆ ਯਾਰ ਇੱਥੇ। ਦੁਨੀਆ ਦੀ ਕਿਹੜੀ ਸ਼ੈ ਚਾਹੀਦੀ ਦੱਸ ਬਾਪੂ। ਹੈਲੋ ਭਾਜੀ, ਮੈਂ ਜੱਸਾ ਬੋਲਦਾ ਜੀ, ਮੈਂ ਪੇ ਬਾਰੇ ਗੱਲ ਕਰਦੀ ਸੀ ਜੀ। ਕਿਹੜਾ ਜੱਸਾ ਓਏ, ਦੁਬਾਰਾ ਫੋਨ ਕੀਤਾ, ਮੈਂ ਤੇਰੀਆਂ ਲੱਤਾਂ ਵੜ ਦੂੰ, ਰਿਪੋਰਟ ਕਰਾ ਦੂੰ ਤੈਨੂੰ ਇੱਥੋਂ। ਇਹ ਸਟੂਡੈਂਟ ਇੱਥੋਂ ਦੀਆਂ ਭੋਲੀ ਪਾਲੀ ਕੁੜੀਆਂ ਨੂੰ ਫਸਾਉਂਦੇ ਨੇ, ਇਲੀਗਲ ਜਵਾਕ ਜੰਮ ਕੇ ਆਪਦੀ ਪੀਆਰ ਕਰਾਉਂਦੇ ਨੇ। ਉਹ ਕੀ ਗੰਦ ਪਾਇਆ ਹੋਏ, ਇਹ ਕੁੜੀ ਕੌਣ ਸੀ? ਦੋਸਤ ਸੀ ਸਾਡੀ। ਆਪਣਾ ਸਮਾਨ ਚੁੱਕੋ ਤੇ ਤਿੱਤਰ ਹੋ ਜਾਓ ਇੱਥੋਂ। ਇਮੀਗ੍ਰੈਂਟਸ ਦੀਆਂ ਜੌਬਸ ਲੈ ਰਹੇ ਹਨ, ਕੈਸ਼ ਕੰਮ ਕਰ ਰਹੇ ਹਨ। ਇਹ ਵੜਨੇ ਨਹੀਂ ਚਾਹੀਦੇ ਸਟੂਡੈਂਟ। ਹਥਿਆਰ ਰੱਖੇ ਨੇ, ਵਾਇਲੈਂਸ ਕ੍ਰੀਏਟ ਕਰਦੇ ਨੇ, ਤਾਂ ਤਾਂ ਕ੍ਰਾਈਮ ਵੱਧ ਰਿਹਾ। ਮੈਂ ਇੱਥੇ ਇੱਕ ਇੰਟਰਨੈਸ਼ਨਲ ਸਟੂਡੈਂਟ ਆਈ ਸੀਗੀ। ਆ ਜਿਹੜਾ ਤੁਸੀਂ ਹੁਣ ਸਟੂਡੈਂਟਾਂ ਬਾਰੇ ਬੋਲਦੇ ਹੋ ਨਾ, ਆ ਹੁਣ ਬਾਹਲਾ ਟਾਈਮ ਨਹੀਂ ਚੱਲਣਾ। ਜ਼ਿੰਦਗੀ ਇਮਤਿਹਾਨਾਂ ਦੇ ਦੌਰ ਚੋਂ ਗੁਜ਼ਰ ਰਹੀ ਹੈ, ਸਮਾਂ ਹੇਰ ਫੇਰ ਕਰ ਰਿਹਾ। ਸੁਣਿਆ ਸੀ ਬਾਹਰਲੇ ਮੁਲਕਾਂ 'ਚ ਗੋਰੇ ਰੇਸਿਜ਼ਮ ਕਰਦੇ ਆ, ਪਰ ਸਾਡੇ ਨਾਲ ਤਾਂ ਇੱਥੇ ਸਾਡੇ ਆਪਦਿਆਂ ਨੇ ਕਰਤਾ। ਇੰਜ ਜਾਪਦਾ ਸੀ ਜਿਵੇਂ ਸਭ ਕੁਛ ਖਤਮ ਹੋ ਗਿਆ, ਪਰ ਪਰਮਾਤਮਾ ਤਾਂ ਕੁਝ ਹੋਰ ਹੀ ਸੋਚੀ ਬੈਠਾ ਸੀ, ਅਸਲ ਕਹਾਣੀ ਤਾਂ ਹਜੇ ਸ਼ੁਰੂ ਹੋਣੀ ਸੀ। ਯੈਸ ਆਈ ਐਮ ਸਟੂਡੈਂਟ। ਓਕੇ ਜੀ, ਇਹ ਰਿਲੀਜ਼ ਹੋ ਰਹੀ ਹੈ 22 ਅਕਤੂਬਰ ਨੂੰ, ਅਤੇ ਬਹੁਤ ਹੀ ਵਧੀਆ ਜਨਾਬ ਲੱਗਾ ਇੱਕ ਇਹੋ ਜਿਹਾ ਟੋਪਿਕ ਜਿਹੜਾ ਚੁਣਿਆ, ਮਤਲਬ ਬਿਲਕੁਲ ਹਟ ਕੇ, ਉਹ ਜਿਹੜਾ ਕੁੜੀ ਮੁੰਡਾ ਇੱਕ ਦੁਨੀਆਂ ਨੂੰ ਪਿਆਰ, ਉਸ ਤੋਂ ਥੋੜ੍ਹਾ ਹਟ ਕੇ ਪ੍ਰੋਬਲਮ ਨੂੰ। ਪਿਛਲੀ ਮੂਵੀ ਜਿਹੜੀ ਸੀ ਜਨਾਬ, ਉਹਦੇ ਵਿੱਚ ਵੀ ਕਿਸਾਨਾਂ ਦੇ ਮਸਲੇ ਨੂੰ ਚੱਕਿਆ ਸੀਗਾ ਸਿੱਧੂ ਮੂਸੇਵਾਲੇ ਨੇ। ਇਹਦੇ ਵਿੱਚ ਵੀ ਸਟੂਡੈਂਟਾਂ ਨੂੰ ਜਿਹੜੇ ਮਸਾਇਲ ਹੁੰਦੇ ਨੇ ਬਾਹਰ ਦੇ ਮੁਲਕਾਂ ਦੇ ਵਿੱਚ ਜਾ ਕੇ, ਅਤੇ ਉਹਦੇ ਉੱਤੇ ਜਨਾਬ ਪੂਰੀ ਫਿਲਮ ਬੇਸ ਕਰਦੀ ਹੈ। ਅਤੇ ਦੇਖਦੇ ਹਾਂ ਜੀ ਕੀ ਰਿਸਪੋਂਸ ਆਉਂਦਾ ਇਹਨਾਂ ਨੂੰ, ਇਹਨਾਂ ਦੀ ਦੋਨੋਂ ਫਿਲਮਾਂ ਦਾ, ਕਿਉਂਕਿ ਫਿਲਮ ਇੰਡਸਟਰੀ ਵਿੱਚ ਜਨਾਬ ਆ ਚੁੱਕੇ ਨੇ। ਸਿੰਗਰ ਤਾਂ ਬਹੁਤ ਵਧੀਆ ਨੇ, ਪਹਿਲੇ ਬਹੁਤ ਘੈਂਟ ਸਿੰਗਰ ਨੇ। ਖੈਰ ਤੁਸੀਂ ਦੱਸੋ ਜਨਾਬ, ਸਾਡਾ ਜਨਾਬ ਪਾਕਿਸਤਾਨੀਆਂ ਦਾ ਬੜਾ ਪਿਆਰ ਅਜੇ ਇਹਨਾਂ ਨਾਲ, ਔਰ ਬਹੁਤ ਦੁਨੀਆ ਇਹਨਾਂ ਦੇ ਗਾਣੇ ਸੁਣਦੀ ਵੀ ਹੈ ਅਤੇ ਪਸੰਦ ਵੀ ਕਰਦੀ ਆ। ਆਪਣੇ ਮੇਜ਼ਬਾਨ ਸੁਹੇਲ ਰਿਆਜ਼ ਚੌਧਰੀ ਨੂੰ ਦੋ ਇਜਾਜ਼ਤ। ਚਮਕੀਲਾ ਟੀਵੀ ਨੂੰ ਅਗਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਯਾਰ ਕਰ ਦਿਉ, ਨਾਲ ਘੰਟੇ ਵਾਲਾ ਬਟਨ ਵੀ ਦੱਬੋ, ਜਨਾਬ ਮਹੱਲੇ ਦੇ ਵਿੱਚ ਜਾ ਕੇ ਦੋ ਤਿੰਨ ਲੋਕਾਂ ਦੇ ਘਰਾਂ ਦੀ ਘੰਟੀਆਂ ਵੀ ਦੱਬੋ, ਤਾਂ ਕਿ ਸ਼ੁਗਲ ਮੇਲਾ ਵੀ ਲੱਗੇ। ਅਤੇ ਆਪਣਾ ਖਿਆਲ ਰੱਖੋ, ਰੱਬ ਰਾਖਾ, ਤਾਂ ਚੱਕ ਜਿਉਂਦਿਆਂ 'ਤੇ ਮਿਲਦੇ।